ਅੱਜ ਅਸੀਂ ਦੁਨੀਆ ਦੇ ਮੰਨੇ ਹੋਏ ਜੋਤੀ ਸਮਰਾਟ ਸੁਖਮਿੰਦਰ ਜੀ ਨੂੰ ਪੁੱਛਦੇ ਹਾਂ ਕਿ ਅੱਜ ਉਹ ਕਿਸ ਨਵੇਂ ਵਿਸ਼ੇ ਬਾਰੇ ਸਾਨੂੰ ਦੱਸਣਗੇ। ਸੁਖਮਿੰਦਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਨਮਸਕਾਰ। ਅੱਜ ਅਸੀਂ ਗੱਲ ਕਰਾਂਗੇ ਕਿ ਬੁਰੀ ਨਜ਼ਰ ਨੂੰ ਉਤਾਰਨ ਦੇ ਕੋਈ ਖਾਸ ਉਪਾਅ ਕਿੱਦਾਂ ਦੇ ਹੋ ਸਕਦੇ ਆ। ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਕਿ ਛੋਟੇ ਛੋਟੇ ਜਿਹੜੇ ਬੱਚੇ ਆ ਜਾਂ ਇੱਕ ਲੇਡੀ ਜਿਹਨੇ ਹੁਣੇ ਹੁਣੇ ਬੇਬੀ ਬੋਰਨ ਕੀਤਾ ਹੈ, ਸੋ ਉਦਾਂ ਦਿਆਂ ਨੂੰ ਨਜ਼ਰ ਤੋਂ ਬਚਾਉਣ ਦੇ ਲਈ ਕੀ ਕਰਦੇ ਹਾਂ ਕਿ ਉਹਨਾਂ ਦੇ ਸੱਜੇ ਹੱਥ ਦੀ ਕਲਾਈ ਦੇ ਉੱਤੇ ਪੀਲੇ ਕੱਪੜੇ ਦੇ ਵਿੱਚ ਆਪਾਂ ਥੋੜ੍ਹੀ ਜਿਹੀ ਹਿੰਗ ਅਤੇ ਸਰੋਂ ਦੇ ਦਾਣੇ ਜਦੋਂ ਬੰਨਦੇ ਹਾਂ ਤਾਂ ਬੁਰੀ ਨਜ਼ਰ ਦਾ ਅਸਰ ਜਿਹੜਾ ਖਤਮ ਹੁੰਦਾ ਹੈ, ਉਦਾਂ ਦੇ ਰਿਜ਼ਲਟਸ ਮਿਲਦੇ ਨੇ। ਫਿਰ ਤਾਂਬੇ ਜਾਂ ਲੋਹੇ ਦੇ ਨਾਲ ਬਣਿਆ ਹੋਇਆ ਕੜਾ ਜਦੋਂ ਆਪਾਂ ਬੱਚੇ ਨੂੰ ਪਵਾ ਦਿੰਦੇ ਹਾਂ ਤਾਂ ਉਹ ਵੀ ਬੁਰੀ ਨਜ਼ਰ ਤੋਂ ਦੂਰ ਰਹਿੰਦਾ ਹੈ, ਉਹਦਾ ਮੰਗਲ ਸਟਰੋਂਗ ਹੁੰਦਾ ਅਤੇ ਉਹਦੇ ਡਰਨ ਦਾ ਖਤਰਾ ਨਹੀਂ ਰਹਿੰਦਾ। ਮੰਗਲ ਇੱਕ ਦਲੇਰੀ ਦਾ ਗ੍ਰਹਿ ਹੈਗਾ, ਸੋ ਬੱਚੇ ਦੇ ਜਿਹੜੇ ਦੰਦ ਹੈ ਉਹ ਵੀ ਆਸਾਨੀ ਨਾਲ ਨਿਕਲਣੇ ਸ਼ੁਰੂ ਹੋ ਜਾਂਦੇ, ਐਸਾ ਮੰਨਿਆ ਜਾਂਦਾ ਹੈ। ਸੋ ਜਦੋਂ ਵੀ ਇੱਦਾਂ ਲੱਗੇ ਕਿ ਬੱਚਾ ਜਾਂ ਉਹਦੀ ਮਾਂ ਨੂੰ ਕਿਸੇ ਦੀ ਬੁਰੀ ਨਜ਼ਰ ਲੱਗੀ ਹੈ ਜਾਂ ਬੁਰੀ ਨਜ਼ਰ ਦੇ ਸ਼ਿਕਾਰ ਬਣ ਗਿਆ, ਤਾਂ ਤੁਰੰਤ ਆਪਣੇ ਖਾਨਦਾਨੀ ਜਿਹੜੇ ਦੇਵਤਾ ਨੇ ਜਿਹਨੂੰ ਤੁਸੀਂ ਮੰਨਦੇ ਹੋ ਉਹਦੇ ਨਾਮ 'ਤੇ ਤੁਸੀਂ ਜਿਹੜਾ ਹੈਗਾ ਘੱਟੋ ਘੱਟ 51 ਰੁਪਏ ਜਿਹੜੇ ਹੈ ਉਹ ਕੱਢ ਕੇ ਸ਼ਰਧਾ ਦੇ ਨਾਲ ਉਹਨੂੰ 7 ਵਾਰੀ ਬੱਚੇ ਦੇ ਉੱਤੋਂ ਦੀ ਵਾਰ ਕੇ ਪਰਿਵਾਰ ਦੇ ਹੀ ਕਿਸੇ ਬਜ਼ੁਰਗ ਨੂੰ ਦੇ ਦਿਓ ਕਿ ਉਸ ਪੈਸੇ ਦੀ ਕੋਈ ਵੀ ਜਿਹੜੀ ਹੈ ਮਠਿਆਈ ਲੈ ਕੇ ਉਹ ਵੰਡ ਦੇਵੇ ਜਾਂ ਕਿਸੇ ਨੂੰ ਵੀ ਖਿਲਾ ਦੇਵੇ। ਸੋ ਇਹਦੇ ਨਾਲ ਵੀ ਬੁਰੀ ਨਜ਼ਰ ਦਾ ਪ੍ਰਭਾਵ ਤੁਰੰਤ ਜਿਹੜਾ ਹੈ ਖਤਮ ਹੋ ਜਾਂਦਾ ਹੈ। ਸੋ ਪਾਰਾ ਇੱਕ ਬਹੁਤ ਇੰਪੋਰਟੈਂਟ ਹੈ, ਮਰਕਰੀ ਜਿਹਨੂੰ ਕਹਿੰਦੇ ਆ। ਪਾਰੇ ਦੀਆਂ ਬੰਨੀਆਂ ਗੋਲੀਆਂ ਨੂੰ ਸਫੇਦ ਧਾਗੇ ਦੇ ਨਾਲ ਪਰੋ ਕੇ ਬੱਚੇ ਦੇ ਗਲੇ ਦੇ ਵਿੱਚ ਜੇ ਆਪਾਂ ਬੰਨ੍ਹੀਏ ਈਵਨ ਇਹਦਾ ਪ੍ਰੇਤ ਬਾਧਾ ਵੀ ਦੂਰ ਹੁੰਦੀ ਹੈ, ਕਿੱਤਾ ਕਿਰਾਇਆ ਵੀ ਦੂਰ ਹੁੰਦਾ ਹੈ। ਸੋ ਬੁਰੀ ਨਜ਼ਰ ਦਾ ਪ੍ਰਭਾਵ ਤੋਂ ਤਾਂ ਬੱਚਾ ਬਚਿਆ ਹੀ ਰਹਿੰਦਾ ਹੈ, ਸੋ ਬੱਚਿਆਂ ਦੇ ਦੰਦ ਵੀ ਇਹਦੇ ਨਾਲ ਵੀ ਆਸਾਨੀ ਨਾਲ ਨਿਕਲਣੇ ਸ਼ੁਰੂ ਹੋ ਜਾਂਦੇ ਆ। ਸੋ ਨਜ਼ਰ ਲੱਗੇ ਹੋਏ ਬੱਚੇ ਦੇ ਉੱਤੋਂ ਦੀ ਤੁਸੀਂ ਆਪਣੇ ਸੱਜੇ ਹੱਥ ਦੇ ਵਿੱਚ ਥੋੜ੍ਹਾ ਨਮਕ ਲੈ ਕੇ ਇੱਦਾਂ ਰੱਖ ਕੇ ਸਿੱਧਾ ਉਹਨੂੰ ਜਦੋਂ ਘੁਮਾਓਗੇ ਤਾਂ ਆਪਣੇ ਘਰ ਦਾ ਜਿਹੜਾ ਪਿਛਲਾ ਹਿੱਸਾ ਹੈ ਉੱਥੇ ਤੁਸੀਂ ਕੂੜੇਦਾਨ 'ਚ ਵੀ ਸਿੱਟ ਸਕਦੇ ਹੋ ਜਾਂ ਵਾਸ਼ ਬੇਸਨ 'ਚ ਵੀ ਵਹਾ ਸਕਦੇ ਹੋ। ਇਹਦੇ ਨਾਲ ਵੀ ਨਜ਼ਰ ਲੱਗਣ ਦਾ ਪ੍ਰਭਾਵ ਮਾੜਾ ਜਿਹੜਾ ਉਹ ਦੂਰ ਹੋ ਸਕਦਾ ਹੈ। ਸੋ ਉਸ ਤੋਂ ਬਾਅਦ ਜੇ ਬੱਚੇ ਨੂੰ ਕਾਜਲ ਦਾ ਟਿੱਕਾ ਲਗਾਉਂਦੇ ਹੋ ਜਾਂ ਫਿਰ ਗਾਂ ਦੀ ਪੂਛ ਦੇ ਨਾਲ 7 ਵਾਰੀ ਉਹਨੂੰ ਝਾੜਾ ਦੇ ਦਿੰਦੇ ਹੋ ਤਾਂ ਉਹਦੇ ਨਾਲ ਵੀ ਨਜ਼ਰ ਉੱਤਰ ਜਾਂਦੀ ਹੈ। ਪਾਲਤੂ ਗਾਂ ਦੀ ਪੂਛ ਤਾਂ ਨਹੀਂ ਝਾੜਾ ਦੇਈਓ ਕਿਉਂਕਿ ਉਹ ਕੁਛ ਕਹੇਗੀ ਨਹੀਂ, ਦੂਜੀ ਗਾਂ ਐਵੇਂ ਕਿਤੇ ਗੁੱਸੇ ਜਾ ਕੇ ਲਾਤੀ ਨਾ ਮਾਰਦੇ, ਧਿਆਨ ਰੱਖੀਓ। ਸੋ ਨਜ਼ਰ ਲੱਗੇ ਹੋਏ ਕਿਸੇ ਵੀ ਵਿਅਕਤੀ ਦੀ ਨਜ਼ਰ ਲਾਉਣ ਦੇ ਲਈ ਰੂੰ ਦੀ ਇੱਕ ਤੁਸੀਂ ਜਿਹੜੀ ਹੈਗੀ ਹੈ ਲੰਬੀ ਬੱਤੀ ਬਣਾ ਲਓ, ਉਹਨੂੰ ਸਰੋਂ ਦੇ ਤੇਲ ਦੇ ਵਿੱਚ ਡੁਬੋ ਦਿਓ, ਬੱਤੀ ਨੂੰ ਚਿਮਟੇ ਨਾਲ ਫੜ ਕੇ ਉਹਦੇ ਥੱਲੇ ਹਿੱਸੇ ਦੇ ਉੱਤੇ ਅੱਗ ਲਗਾ ਦਿਓ। ਸੋ ਜਿਹੜਾ ਵੀ ਉਦੋਂ ਪਹਿਲਾਂ ਜਿਸ 'ਤੇ ਵੀ ਨਜ਼ਰ ਲੱਗੀ ਹੈ ਉਹਦੇ ਤੋਂ ਤੁਸੀਂ ਵਾਰ ਲਓ। ਫਿਰ ਉਦੋਂ ਬਾਅਦ ਜਿਹੜਾ ਹੈ ਉਹਨੂੰ ਤੁਸੀਂ ਜਦੋਂ ਜਲਾਓਗੇ ਨੀਚੇ ਪਾਣੀ ਰੱਖ ਲਓ ਅਤੇ ਵਾਰ ਵਾਰ ਪਾਣੀ ਦੇ ਵਿੱਚ ਜਿਹੜਾ ਹੈ ਪਟਾਕੇ ਪੈਣੇ ਸ਼ੁਰੂ ਹੋ ਜਾਣਗੇ। ਸੋ ਫਿਰ ਜਦੋਂ ਪੂਰੀ ਜਲ ਜੇ ਉਹਨੂੰ ਜ਼ਮੀਨ 'ਤੇ ਸਿੱਟ ਦਿਓ ਅਤੇ ਆਪਣੀ ਚੱਪਲ ਦੇ ਨਾਲ ਉਹਨੂੰ 7 ਵਾਰੀ ਮਾਰ ਮਾਰ ਕੇ ਸ਼ਾਂਤ ਕਰ ਦਿਓ। ਜੇ ਜਲਦੀ ਬੱਤੀ ਤੋਂ ਚਟਕ ਚਟਕ ਦੀ ਆਵਾਜ਼ ਆਉਂਦੀ ਹੈ, ਪਾਣੀ ਦੇ ਵਿੱਚ ਪਟਾਕੇ ਵੱਜਦੇ ਆ, ਤਾਂ ਇਹਦਾ ਮਤਲਬ ਸਮਝ ਲਓ ਨਜ਼ਰ ਤੁਹਾਨੂੰ ਜ਼ਰੂਰ ਲੱਗੀ ਹੋਈ ਸੀਗੀ। ਫਿਰ ਜੇ ਕਿਸੇ ਵੀ ਤੁਹਾਨੂੰ ਲੱਗਦਾ ਹੈ ਕਿ ਕਿਸੇ ਵੀ ਤੁਹਾਡੇ ਬੱਚੇ ਨੂੰ ਕਿਸੇ ਕੋਈ ਮਾੜੀ ਨਜ਼ਰ ਵਾਲੀ ਇਸਤਰੀ ਦੀ ਜਿਹੜੀ ਹੈ ਨਜ਼ਰ ਲੱਗੀ ਜਾਂ ਇਸਤਰੀ ਨੇ ਕੁਛ ਉਹਦੇ ਬਾਰੇ ਕਹਿਤਾ ਅਤੇ ਬੱਚਾ ਰੋਣਾ ਜਿਹਾ ਸ਼ੁਰੂ ਹੋ ਗਿਆ, ਜਿੱਦੀ ਹੋ ਗਿਆ, ਤਾਂ ਤੁਸੀਂ ਜਿਹੜਾ ਹੈ ਤੁਰੰਤ ਬੱਚੇ ਦੇ ਉੱਤੋਂ ਤੋਂ 3 ਵਾਰੀ ਜਿਹੜਾ ਮਤਲਬ ਨਮਕ ਨੂੰ ਵਾਰ ਕੇ ਜਾਂ ਸਰੋਂ ਨੂੰ ਵਾਰ ਕੇ ਦਕਸ਼ਿਨ ਵੱਲ ਸਿੱਟ ਸਕਦੇ ਹੋ। ਇਹਦੇ ਨਾਲ ਵੀ ਜਿਹੜਾ ਹੈ ਨਜ਼ਰ ਦੀ ਸੰਭਾਵਨਾ ਕਾਫੀ ਹੱਦ ਤੱਕ ਖਤਮ ਹੋ ਜਾਂਦੀ ਹੈ। ਸੋ ਜਾਣ ਤੋਂ ਪਹਿਲਾਂ ਹੀ ਕਹਾਂਗੇ ਸਭ ਤੋਂ ਵੱਡਾ ਦਰਜਾ ਮਾਂ ਦਾ ਹੁੰਦਾ, ਜਦੋਂ ਵੀ ਘਰੋਂ ਜਾਂਦੇ ਹਾਂ ਮਾਂ ਦੇ ਚਰਨ ਚੁੱਕੇ ਜਾਈਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਈਓ, ਗੁਰੂ ਜੀ ਦੇ ਦੱਸੇ ਰਸਤੇ ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋ ਜਾਊਗੀ, ਧੀਆਂ ਨੂੰ ਕੁੱਖਾਂ 'ਚ ਨਾ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰਿਓ ਅਤੇ 10 ਬੰਦ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡੀ ਸਾਰੀ ਲਾਈਫ ਬਹੁਤ ਜ਼ਿਆਦਾ ਵਧੀਆ ਹੋਊਗੀ। ਨਮਸਕਾਰ। ਜੇ ਤੁਸੀਂ ਵੀ ਸੁਖਮਿੰਦਰ ਜੀ ਨੂੰ ਆਪਣੇ ਬਾਰੇ ਪੁੱਛਣਾ ਚਾਹੁੰਦੇ ਹੋ ਜਾਂ ਟੇਵਾ ਤੇ ਚੈੱਕ ਕਰਵਾਉਣਾ ਚਾਹੁੰਦੇ ਹੋ ਜਾਂ ਉਹਨਾਂ ਤੋਂ ਆਪਣਾ ਵਾਸਤੂ ਚੈੱਕ ਕਰਵਾਉਣਾ ਚਾਹੁੰਦੇ ਹੋ ਤਾਂ ਉਹਨਾਂ ਦਾ ਪਤਾ ਨੋਟ ਕਰ ਸਕਦੇ ਹੋ। ਸਾਡਾ ਪਤਾ ਹੈ ਐਸਟ੍ਰੋਲੋਜਰ ਸੁਖਮਿੰਦਰ ਸਿੰਘ ਸਾਬਾ ਨਗਰ 30G। ਸਾਡਾ ਵਟਸਐਪ ਨੰਬਰ ਹੈ 9872622053 ਅਤੇ ਸਾਡਾ ਫੋਨ ਨੰਬਰ ਹੈ 9417020533। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ। ਕੱਲ੍ਹ ਤੱਕ ਲਈ ਨਮਸਕਾਰ।